ਸਾਰੇ ਵੀਡੀਓ ਦੇਖ ਰਹੇ ਵੀਰਾਂ ਨੂੰ ਨਵੇਂ ਸਾਲ ਦੀ ਮੁਬਾਰਕ। 5 ਬੈਸਟ 2021 ਦੇ ਮਸਲ ਗਰੋਥ ਟਿਪਸ ਦੀ ਗੱਲ ਕਰਾਂਗੇ, ਜਿਹਨੂੰ ਤੁਸੀਂ ਜਿਮ ਦੇ ਵਿੱਚ ਆਪਣੇ ਵਰਕਆਊਟ ਦੇ ਵਿੱਚ ਯੂਜ਼ ਕਰਕੇ ਆਪਣੇ ਮਸਲ ਦੀ ਗਰੋਥ ਕਰ ਸਕਦੇ ਹੋ। ਅਤੇ ਪਹਿਲਾ ਟਿਪਸ ਤੁਹਾਡੇ ਲਈ ਇਹ ਆ, ਵਰਕਆਊਟ ਟੈਕਨੀਕ ਉਹ ਕਿਹੜੀ ਚਾਹੀਦੀ ਆ? ਕੰਪਾਊਂਡ ਮੂਵਮੈਂਟ ਆ, ਕੰਪਾਊਂਡ ਮੂਵਮੈਂਟ ਜਿਵੇਂ ਡੈਡ ਲਿਫਟ, ਜਿਹਦੇ ਵਿੱਚ ਤੁਹਾਡੇ ਇੱਕ ਜਾਂ ਸਾਰੇ ਮਸਲ ਦਾ ਜ਼ੋਰ ਲੱਗੇ, ਉਹ ਕਿਉਂ ਬਾਅਦ ਚੋਂ ਗੱਲ ਕਰਾਂਗੇ। ਡੈਡ ਲਿਫਟ, ਸਕੁਆਟ, ਪੁੱਲ ਅਪਸ, ਬੈਂਚ ਪ੍ਰੈਸ, ਇੱਦਾਂ ਦੀ ਐਕਸਰਸਾਈਜ਼ ਆ, ਕਿਉਂਕਿ ਜਿੱਥੇ ਤੁਹਾਡੇ ਇੱਕ ਜਾਂ ਦੋ ਤੋਂ ਵੱਧ ਮਸਲ ਕੰਮ ਕਰਦੇ ਨੇ, ਉੱਥੇ ਤੁਹਾਡੀ ਬਾਡੀ 'ਚ ਗਰੋਥ ਹਾਰਮੋਨ ਅੱਪ ਜਾਂਦੇ ਨੇ ਅਤੇ ਤੁਹਾਡੇ ਟੈਸਟੋਸਟੀਰੋਨ ਵੱਧਦੇ ਨੇ। ਜਿਹੜੀ ਪੁਸ਼ ਪੁੱਲ ਲੈਗ ਸਪਲਿਟ ਆ, ਇਹਦਾ ਇੱਕ ਮੇਨ ਬੈਨੀਫਿਟ ਇਹ ਆ ਕਿ ਅੱਜ ਜੇ ਤੁਹਾਡੀਆਂ ਪੁਸ਼ ਵਾਲੀਆਂ ਐਕਸਰਸਾਈਜ਼ਾਂ ਨੇ, ਕੱਲ੍ਹ ਨੂੰ ਤੁਸੀਂ ਪੁੱਲ ਲਾਉਣਾ ਅਤੇ ਕੱਲ੍ਹ ਨੂੰ ਤੁਹਾਡੇ ਪੁਸ਼ ਵਾਲੇ ਸਾਰੇ ਮਸਲ ਰੈਸਟ ਦੇ ਹੋਣਗੇ। ਠੀਕ ਆ, ਜਿਵੇਂ ਕਿ ਮੰਨ ਲਓ ਅੱਜ ਮੈਂ ਚੈਸਟ ਲਾ ਰਿਹਾ, ਸਿੰਗਲ ਮਸਲ ਆ, ਅੱਜ ਚੈਸਟ ਦੇ ਲਾ ਲਈ, ਚੈਸਟ ਦੇ ਵਿੱਚ ਕੀ ਕੰਮ ਕਰਦਾ ਤੁਹਾਨੂੰ ਪਤਾ ਆਲਵੇਜ਼? ਟ੍ਰਾਈਸੈਪ। ਸੋ ਕੱਲ੍ਹ ਨੂੰ ਫਿਰ ਆਪਣਾ ਆਰਮ ਡੇ ਆਉਂਦਾ, ਆਰਮ ਡੇ 'ਚ ਫਿਰ ਆਪਾਂ ਬਾਈਸੈਪ ਅਤੇ ਟ੍ਰਾਈ ਲਾ ਰਹੇ ਹਾਂ, ਦੂਜੇ ਦਿਨ ਫਿਰ ਤੁਹਾਡਾ ਟ੍ਰਾਈ ਕੰਮ ਕਰ ਰਿਹਾ, ਤੀਜੇ ਦਿਨ ਤੁਹਾਡੇ ਸ਼ੋਲਡਰ ਆ ਜਾਂਦੇ ਨੇ, ਸ਼ੋਲਡਰ ਦੇ ਵਿੱਚ ਫਿਰ ਤੁਹਾਨੂੰ ਪਤਾ ਕਿ ਓਵਰਹੈੱਡ ਪ੍ਰੈਸ 'ਚ ਕੋਈ ਵੀ ਪੁਸ਼ ਵਾਲੀ ਐਕਸਰਸਾਈਜ਼ ਟ੍ਰਾਈ ਕੰਮ ਕਰਦਾ, ਤੀਜੇ ਦਿਨ ਫਿਰ ਟ੍ਰਾਈਸੈਪ ਦਾ ਉੱਥੇ ਮਸਲ ਯੂਜ਼ ਹੁੰਦਾ। ਇਹਦਾ ਮਤਲਬ ਹੁਣ ਸਿੰਗਲ ਸਪਲਿਟ ਦੇ ਵਿੱਚ ਹਰ ਦਿਨ ਆਪਾਂ ਮਸਲ ਯੂਜ਼ ਕਰੀ ਜਾਂਦੇ ਹਾਂ, ਓਵਰ ਟਾਈਮ ਮਸਲ ਨੂੰ ਰੈਸਟ ਨਹੀਂ ਮਿਲਦਾ। ਅਤੇ ਪੁਸ਼ ਪੁੱਲ ਲੈਗ ਦੇ ਵਿੱਚ ਇਹ ਹੁੰਦਾ ਕਿ ਅੱਜ ਪੁੱਲ ਲੱਗ ਗਿਆ, ਕੱਲ੍ਹ ਨੂੰ ਪੁਸ਼ ਹੋਣਾ, ਫਿਰ ਲੈਗ ਹੋਣਾ, ਤਿੰਨੇ ਦਿਨ ਮਸਲ ਨੂੰ ਰੈਸਟ ਮਿਲ ਜਾਂਦੀ ਆ ਪ੍ਰੋਪਰ। ਅਤੇ ਦੂਜਾ ਟਿਪਸ ਤੁਹਾਡੇ ਲਈ ਇਹ ਆ ਕਿ ਤੁਸੀਂ ਪ੍ਰੀ ਵਰਕਆਊਟ ਮੀਲ ਜੇ ਲੈ ਕੇ ਜਾਂਦੇ ਹੋ, ਤੁਹਾਡੇ ਮਸਲ ਦੀ ਗਰੋਥ ਨਹੀਂ ਹੋਣੀ ਉੱਥੇ। ਇਹਦੇ ਵਿੱਚ ਸਾਇੰਸ ਇਹ ਆ, ਮੈਂ ਅੱਗੇ ਹੀ ਬਹੁਤ ਵਾਰ ਤੁਹਾਨੂੰ ਦੱਸਿਆ ਕਿ ਜਦ ਤੁਸੀਂ ਕੋਈ ਮੀਲ ਖਾ ਕੇ ਜਾਂਦੇ ਹੋ, ਠੀਕ ਆ, ਅਗਲਾ ਕਹਿੰਦਾ ਪ੍ਰੀ ਵਰਕਆਊਟ ਮੀਲ ਲੈਣੀ ਆ ਜੀ, ਫਿਰ ਤੁਹਾਡੀ ਬਾਡੀ ਆ ਉਹ ਫੂਡ ਨੂੰ ਡਾਈਜੈਸ਼ਨ ਕਰਨ 'ਤੇ ਲੱਗੀ ਰਹਿੰਦੀ ਆ। ਜਦ ਤੁਸੀਂ ਵਰਕਆਊਟ ਕਰਨਾ, ਤੁਹਾਡੇ ਮਸਲ ਭਾਲਦੇ ਹੁੰਦੇ ਨੇ ਕਿ 80% 80% ਤੁਹਾਡਾ ਜੋ ਬਲੱਡ ਆ ਉਹ ਮਸਲ 'ਚ ਹੋਣਾ ਚਾਹੀਦਾ ਜਿਮ ਦੇ ਵਰਕਆਊਟ ਦੇ ਥਰੂ। ਸੋ ਅੱਧਾ ਤੁਹਾਡਾ ਬਲੱਡ ਤੁਹਾਡੇ ਸਟੋਮਚ ਏਰੀਆ 'ਚ ਫਿਰੀ ਜਾਣਾ, ਅੱਧਾ ਤੁਹਾਡਾ ਬਲੱਡ ਮਸਲ 'ਚ, ਨਾ ਤੁਹਾਨੂੰ ਪੰਪ ਮਿਲਣਾ, ਨਾ ਤੁਹਾਡੇ ਮਸਲ ਦੀ ਗਰੋਥ ਹੋਊਗੀ। ਇਹ ਨਾ ਤੁਸੀਂ ਸੋਚਿਆ ਕਰੋ ਯਾਰ ਕਿ ਪ੍ਰੀ ਵਰਕਆਊਟ ਮੀਲ ਤੋਂ ਬਿਨਾਂ ਜਿਮ ਨਹੀਂ ਲੱਗਣੀ ਹੈਗੀ। ਜਿਹੜਾ ਤੁਸੀਂ ਕੱਲ੍ਹ ਦਾ ਵੀ ਖਾਧਾ ਹੋਇਆ ਉਹ ਫੂਡ ਤੁਹਾਡੇ ਬਲੱਡ ਦੇ ਵਿੱਚ ਹੁੰਦੀ ਆ, ਉਹ ਨਿਊਟ੍ਰੀਸ਼ਨ। ਦੇਖੋ ਹੁਣ ਪ੍ਰੋਟੀਨ ਦੇ ਮੀਨੋ ਬਣਦੇ ਨੇ, ਜਿਵੇਂ ਮਾਲਵੇ ਤੁਹਾਨੂੰ ਕਹਿੰਦਾ, ਇਹਨਾਂ ਤੁਹਾਨੂੰ ਪਤਾ ਕਿ ਕਾਰਬ ਦਾ ਗਲੂਕੋਸ਼ ਬਣਦਾ, ਤੁਹਾਡੇ ਮਸਲ 'ਚ ਸਟੋਰ ਹੁੰਦਾ। ਠੀਕ ਆ, ਕਰਟੇਨ ਸਪਲੀਮੈਂਟ ਲੈਂਦੇ, ਉਹ ਤੁਹਾਡੇ ਮਸਲ ਸਟੋਰ ਹੁੰਦਾ। ਫਿਰ ਤੁਹਾਨੂੰ ਪ੍ਰੀ ਵਰਕਆਊਟ ਮੀਲ ਲੈਣ ਦੀ ਕੀ ਲੋੜ ਆ? ਜਾਂ ਤਾਂ ਸਵੇਰੇ ਵਰਕਆਊਟ ਕਰਿਆ ਕਰੋ ਸਾਰੀਆਂ ਮੀਲਾਂ ਤੋਂ ਪਹਿਲਾਂ, ਠੀਕ ਆ, ਜਾਂ ਫਿਰ ਆਪਣਾ ਮੀਲ ਦੇ ਵਰਕਆਊਟ ਦੇ ਵਿੱਚ 5-6 ਘੰਟੇ ਦਾ ਗੈਪ ਰੱਖਿਆ ਕਰੋ। ਕਾਰਡੀਓ ਤਾਂ ਮੈਂ ਰੈਕਮੈਂਡ ਕਰਦੇ ਨਹੀਂ, ਕੁਝ ਖਾ ਕੇ ਕਰੋ। ਵੇਟ ਟ੍ਰੇਨਿੰਗ ਚਲੋ ਮੰਨ ਲਓ ਸ਼ਾਮ ਨੂੰ ਕਰ ਸਕਦੇ ਹੋ, ਪਰ 5-6 ਘੰਟੇ ਦਾ ਗੈਪ ਚਾਹੀਦਾ। ਪੋਸਟ ਵਰਕਆਊਟ ਚਾਹੇ ਤੁਹਾਡੀ ਫਿਰ ਡਿਨਰ ਸੋਲਿਡ ਮੀਲ ਆ ਜੂਗੀ। ਅਤੇ ਟਿਪਸ ਨੰਬਰ 3 ਆ, ਲੰਬਾ ਵਰਕਆਊਟ ਤੁਸੀਂ ਕਰਦੇ ਹੋ, ਜਾਂ ਤੁਸੀਂ 1-2 ਘੰਟੇ ਲਗਾਤਾਰ ਵਰਕਆਊਟ ਕਰੀ ਜਾਂਦੇ ਹੋ, ਮਤਲਬ ਆਪਣੀ ਬਾਡੀ ਨੂੰ ਤੁਹਾਨੂੰ ਇਹ ਲੱਗਦਾ ਕਿ ਯਾਰ 2 ਘੰਟੇ ਵਰਕਆਊਟ ਕਰਨਾ ਮਸਲ ਦੀ ਗਰੋਥ ਹੋਵੇਗੀ, ਉੱਥੇ ਤੁਸੀਂ ਮਸਲ ਨੂੰ ਵੇਸਟ ਕਰਦੇ ਹੋ। 1 ਘੰਟਾ ਵੇਟ ਟ੍ਰੇਨਿੰਗ ਬਹੁਤ ਹੁੰਦੀ ਆ ਜੇ ਵਧੀਆ ਤਰੀਕੇ ਨਾਲ ਲਾਈ ਜਾਵੇ। ਆਪਣੀ ਵੇਟ ਟ੍ਰੇਨਿੰਗ 1 ਘੰਟੇ ਤੋਂ ਥੱਲੇ ਫਿਨਿਸ਼ ਕਰ ਲਿਆ ਕਰੋ। ਜਿੰਨਾ ਤੁਸੀਂ ਲੰਬਾ ਜਾਂਦੇ ਹੋ, ਕੋਰਟੀਸੋਲ ਜੋ ਸਟ੍ਰੈਸ ਹਾਰਮੋਨ ਆ ਤੁਹਾਡੀ ਬਾਡੀ 'ਤੇ ਬਿਲਡਅਪ ਹੁੰਦਾ ਜਾਂਦਾ, ਜੋ ਤੁਹਾਡੇ ਮਸਲਾਂ ਦੀ ਸ਼ੂਗਰ ਬਣਾ ਕੇ ਉਹਨਾਂ ਨੂੰ ਬ੍ਰੇਕਡਾਊਨ ਕਰਦਾ, ਇਹਦਾ ਮਤਲਬ ਹੁਣ 1 ਘੰਟੇ ਤੋਂ ਉੱਪਰ ਜਿੰਮ ਲਾਈ ਜਾ ਰਹੇ ਹੋ, ਉੱਥੇ ਮਸਲ ਨੂੰ ਵੇਸਟ ਕਰਦੇ ਹੋ, ਉੱਥੇ ਮਸਲ ਨੂੰ ਤੋੜਦੇ ਹੋ ਮਸਲ ਪ੍ਰੋਟੀਨ ਨੂੰ। ਤੁਹਾਡੇ ਮਸਲ ਬਣਦੇ ਹੁੰਦੇ ਨੇ ਜਿੰਮ 'ਚ ਤਾਂ ਟੁੱਟਦੇ ਹੁੰਦੇ ਨੇ, ਘਰੇ ਜਾ ਕੇ ਰੈਸਟ ਦੇ ਕੇ ਨਿਊਟ੍ਰੀਸ਼ਨ ਲੈ ਕੇ ਫਿਰ ਬਿਲਡਅਪ ਹੁੰਦੇ ਨੇ। ਸੋ ਜੇ ਜਿੰਮ 'ਚ ਇਹਨਾਂ ਨੂੰ ਤੋੜੀ ਜਾ ਰਹੇ ਹਾਂ, ਲਗਾਤਾਰ ਲਾਈ ਜਾਂਦੇ 2-2 ਘੰਟੇ ਜਿੰਮ, ਫਿਰ ਉੱਥੇ ਤੁਸੀਂ ਮਸਲ ਵੇਸਟ ਕਰਦੇ ਹੋ, ਬਣਾਉਂਦੇ ਨਹੀਂ। 1 ਘੰਟੇ ਦੇ ਅੰਡਰ ਟ੍ਰੇਨਿੰਗ ਰੱਖਿਆ ਕਰੋ, ਓਵਰ ਟ੍ਰੇਨਿੰਗ ਮਸਲ ਬਣਾਉਂਦੀ ਨਹੀਂ, ਯਾਦ ਰੱਖਿਓ ਮਸਲ ਵੇਸਟ ਕਰਦੀ ਆ। ਨੰਬਰ 4 ਤਾਂ ਹੈਗਾ ਤੁਹਾਡਾ ਰੋਂਗ ਵਰਕਆਊਟ ਪਲਾਨ। ਦੇਖੋ ਜੇ ਤਾਂ ਤੁਸੀਂ ਓਵਰ ਵੇਟ ਹੋ, ਫਿਰ ਤੁਸੀਂ ਵੇਟ ਟ੍ਰੇਨਿੰਗ ਦੇ ਘੱਟ ਟਾਰਗੇਟ ਰੱਖੋ, ਚਾਹੇ ਤੁਸੀਂ 30 ਮਿੰਟ ਦੀ ਵੇਟ ਟ੍ਰੇਨਿੰਗ ਲਾ ਲਓ। ਪਹਿਲਾਂ ਤੁਹਾਡਾ ਮੇਨ ਗੋਲ ਹੋਣਾ ਚਾਹੀਦਾ ਕਿ ਫੈਟ ਲੋਸ ਕਰਨੀ ਆ, ਜਿਹੜੀ ਤੁਹਾਡੀ ਬਾਡੀ 'ਤੇ ਫੈਟ ਇੰਨੀ ਚੜ੍ਹੀ ਆ, ਤੁਸੀਂ 110 ਕਿਲੋ ਦੇ ਹੋ, 15 ਕਿਲੋ ਦੇ ਹੋ, ਉਹਨੂੰ ਪਹਿਲਾਂ ਤੁਹਾਡਾ ਗੋਲ ਹੋਣਾ ਚਾਹੀਦਾ ਕਿ 90 'ਤੇ ਲਿਆਓ, ਉਹਨੂੰ ਫੈਟ ਲੋਸ ਕਰੋ, ਕਿਉਂਕਿ ਜਿੱਥੇ ਤੁਹਾਡੀ ਬਾਡੀ 'ਤੇ ਫੈਟ ਆ ਉਹਨੇ ਤੁਹਾਡੇ ਮਸਲ ਨਹੀਂ ਬਿਲਡ ਹੋਣ ਦੇਣੇ। ਅਤੇ ਤੁਸੀਂ ਆਪਣੇ ਗੋਲ ਤੋਂ ਉਲਟ ਕਰਦੇ ਹੋ, ਤੁਹਾਡੇ 'ਤੇ ਫੈਟ ਹੁੰਦੀ ਆ, ਤੁਸੀਂ ਫਿਰ ਵੀ ਘੰਟਾ ਘੰਟਾ ਵੇਟ ਟ੍ਰੇਨ ਲਾਈ ਜਾਂਦੇ ਹੋ, ਕਾਰਡੀਓ ਕਰਦੇ ਨਹੀਂ। ਤੁਹਾਡਾ ਉੱਤੇ ਫਰਜ਼ ਬਣਦਾ ਕਿ ਕਾਰਡੀਓ ਜ਼ਿਆਦਾ ਕਰੋ, ਕਰਨੀ ਵੇਟ ਟ੍ਰੇਨਿੰਗ ਤੋਂ ਬਾਅਦ ਆ, ਪਰ 40-50 ਮਿੰਟ ਦੀ ਕਾਰਡੀਓ ਕਰੋ, ਵੇਟ ਟ੍ਰੇਨਿੰਗ 30-35 ਮਿੰਟ ਦੀ ਤੁਹਾਨੂੰ ਬਹੁਤ ਆ। ਅਤੇ ਜੇ ਤੁਸੀਂ ਲੀਨ ਹੋ, ਫਿਰ ਤੁਸੀਂ ਨੋਰਮਲੀ 10-15 ਮਿੰਟ ਦੀ ਕਾਰਡੀਓ ਰੱਖੋ ਅਤੇ ਵੇਟ ਟ੍ਰੇਨਿੰਗ ਘੰਟੇ ਦੀ ਕਰੋ। ਠੀਕ ਆ, ਆਪਣੇ ਗੋਲ ਦੇ ਅਕੋਰਡਿੰਗ ਕਰਿਆ ਕਰੋ। ਤੁਸੀਂ ਕਈ ਵਾਰ ਫੈਟ ਹੁੰਦੇ ਹੋ, ਤੁਹਾਡੇ ਮਸਲ ਕਲੀਅਰ ਨਹੀਂ ਹੁੰਦੇ, ਫੈਟ ਤੁਹਾਡੇ ਮਸਲ ਨੂੰ ਦੱਬੀ ਰੱਖਦੀ ਹੈ, ਕਿਉਂਕਿ ਜਿੰਨਾ ਚਿਰ ਤੁਹਾਡੀ ਬਾਡੀ 'ਤੇ ਫੈਟ ਆ ਉਹਨੇ ਤੁਹਾਡੇ ਮਸਲ ਨਹੀਂ ਗੇਨ ਹੋਣ ਦੇਣੇ, ਕਿਉਂਕਿ ਤੁਹਾਡੇ ਹਾਰਮੋਨ ਡਿਫਰੈਂਟ ਤਰ੍ਹਾਂ ਰੋਲ ਪਲੇ ਕਰਦੇ ਨੇ, ਤੁਹਾਡੀ ਬਾਡੀ 'ਚ ਫੀਮੇਲ ਐਸਟ੍ਰੋਜਨ ਹਾਰਮੋਨ ਵਧਿਆ ਹੁੰਦਾ ਫੈਟ ਕਰਕੇ, ਜੋ ਕਿ ਟੈਸਟੋਸਟੀਰੋਨ ਨੂੰ ਘੱਟ ਕਰਦਾ। ਸੋ ਕੀ ਗੋਲ ਆ? ਕਿ ਫੈਟ ਲੋਸ ਕਰੋ, ਫਿਰ ਮਸਲ ਬਿਲਡ ਕਰੋ। ਟਿਪਸ ਨੰਬਰ 5, ਰਿਵਰਸ ਪਰਾਮੈਂਟ ਟ੍ਰੇਨਿੰਗ। ਰਿਵਰਸ ਪਰਾਮੈਂਟ ਟ੍ਰੇਨਿੰਗ ਕੀ ਹੁੰਦੀ ਆ? ਜਿਵੇਂ ਕਿ ਆਪਾਂ ਨੋਰਮਲ ਟ੍ਰੇਨਿੰਗ ਲਾਉਂਦੇ ਹਾਂ, ਕਿ ਹਰ ਇੱਕ ਬੰਦਾ ਮੰਨ ਲਓ ਕਿ ਪਹਿਲਾਂ 12 ਰੈਪ ਲਾਉਂਦਾ, ਫਿਰ 10 'ਤੇ ਆਉਂਦਾ, ਫਿਰ 8 'ਤੇ ਆਉਂਦਾ, ਇਹ ਨੋਰਮਲ ਟ੍ਰੇਨਿੰਗ ਆ। ਰਿਵਰਸ ਕੀ ਹੁੰਦੀ ਆ? ਪਹਿਲਾਂ ਹੈਵੀ ਲਾਉਣਾ,
ਜਦ ਹੁਣ ਮੰਨ ਲਓ ਕਿ ਆਪਾਂ ਮੈਨੂੰ ਪਤਾ ਕਿ ਮੈਂ 80 ਕਿਲੋ ਦੇ ਆਪਦੇ ਹਿਸਾਬ ਨਾਲ ਮੈਂ ਵੇਟ ਚੂਜ਼ ਕਰ ਲਿਆ ਕਿ ਮੈਂ 80 ਕਿਲੋ ਦੀ ਬੈਂਚ ਪ੍ਰੈਸ ਲਾਉਣਾ 80 ਕਿਲੋ ਦੀ ਡੰਬਲ ਦੀ, ਅਤੇ ਹੁਣ ਮੈਂ ਉਹ 80 ਕਿਲੋ ਪਹਿਲਾਂ ਚੱਕੂੰਗਾ, ਮੈਨੂੰ ਪਤਾ ਕਿ ਇਹਦੇ ਮੈਂ 6 ਰੈਪ ਲਾਊਂਗਾ, 80 ਕਿਲੋ ਪਹਿਲਾਂ ਚੱਕਣਾ, ਫਿਰ ਮੈਂ ਵੇਟ ਘਟਾ ਕੇ ਥੋੜ੍ਹਾ ਜਿਹਾ ਮੰਨ ਲਓ 80 ਤੋਂ 60 'ਤੇ ਆ ਗਿਆ, ਫਿਰ ਮੈਂ 8-10 ਲਾ ਲਏ, ਫਿਰ ਜੇ 60 ਦੇ ਮੈਂ 10-12 ਲਾਉਣਾ, ਫਿਰ ਮੈਂ ਦੁਬਾਰਾ ਫਿਰ ਉਹ ਚੱਕੂੰਗਾ। ਉਹਦੇ ਪਿੱਛੇ ਰੀਜ਼ਨ ਇਹ ਹੁੰਦਾ, ਜਦ ਆਪਾਂ ਐਕਸਰਸਾਈਜ਼ ਸਟਾਰਟ ਕਰਦੇ ਹਾਂ ਆਪਣੀ ਬੋਡੀ ਜ਼ਿਆਦਾ ਪਾਵਰ 'ਚ ਹੁੰਦੀ ਆ। ਹੁਣ ਜੇ ਮੈਂ ਮੰਨ ਲਓ ਕਿ ਮੈਨੂੰ ਪਤਾ ਮੈਂ ਪਹਿਲਾਂ ਗੱਲ ਕਰੀ ਸੀ ਕਿ 80 ਕਿਲੋ ਲਾਉਣਾ, ਪਹਿਲਾਂ ਮੈਂ 50 ਚੱਕੂੰਗਾ, ਫਿਰ ਮੈਂ 12 ਰੈਪ ਕੱਢੂੰ, ਫਿਰ ਮੈਂ 60 ਚੱਕੂੰ, ਫਿਰ 60 ਦੇ ਮੈਂ 10 ਰੈਪ ਕੱਢੂੰਗਾ, ਫਿਰ ਐਂਡ 'ਤੇ ਜਾ ਕੇ ਮੈਨੂੰ ਪਤਾ ਕਿ ਮੈਂ 80 ਦੇ 6 ਲਾਊਂਗਾ, ਉੱਥੇ ਤੱਕ ਮੇਰੀ ਕਿੰਨੀ એનર્ਜੀ ਲੋ ਹੋ ਜਾਣੀ ਆ। ਫਿਰ ਤੁਹਾਡੀ ਨਾ ਤਾਂ ਸਥਰੈਂਥ ਵੱਧਦੀ ਆ, ਨਾ ਮਸਲ ਦਾ ਗਰੋਥ ਹੁੰਦੀ ਆ ਮਸਲ ਦੀ, ਕਿਉਂਕਿ ਤੁਸੀਂ ਉੱਥੇ ਤੱਕ ਥੱਕ ਜਾਂਦੇ ਹੋ ਜਿੱਥੇ ਤੱਕ ਤੁਸੀਂ ਹੈਵੀ ਵੇਟ 'ਤੇ ਜਾਣਾ ਹੁੰਦਾ। ਸੋ ਜੇ ਤੁਸੀਂ ਰਿਵਰਸ ਪਰਮਾਨੈਂਟ ਟ੍ਰੇਨਿੰਗ ਲਏਗੇ ਤਾਂ ਤੁਸੀਂ ਆਪਣਾ ਹੈਵੀ ਵੇਟ ਆਫਟਰ ਵਾਰਮ ਅਪ ਮੇਕ ਸ਼ੋਰ ਤੁਸੀਂ ਮੋਢੇ ਮੋਢੇ ਵਾਰਮ ਅਪ ਕਰਕੇ ਤਾਂ ਲਾਉਣਾ। ਪਹਿਲਾਂ ਆਪਣਾ ਜਿੰਨੀ ਤੁਹਾਡੀ ਬੋਡੀ ਵੱਧ ਵਜਨ ਚੱਕਦੀ ਹੈ 6-7 ਰੈਪ ਤੁਸੀਂ ਹੈਵੀ ਲਾਉਂਦੇ ਹੋ ਪਹਿਲਾਂ ਚੱਕੋ, ਕਿਉਂਕਿ ਐਂਡ 'ਤੇ ਜਿੰਨਾ ਤੁਸੀਂ ਜਾਈ ਜਾਓਗੇ ਤੁਹਾਡੀ એનર્ਜੀ ਲੋ ਪਈ ਜਾਣੀ ਆ। ਸੋ ਪਹਿਲਾਂ ਨਾ ਤੁਹਾਡੀ ਬੋਡੀ ਯੂਜ਼ ਟੂ ਹੋਊਗੀ ਉਹ ਚੀਜ਼ ਨੂੰ, ਫਿਰ ਤੁਹਾਡੀ ਬੋਡੀ ਦੇ ਵਿੱਚ ਫਾਸਟਡ ਵਿੱਚ ਮਸਲ ਫਾਈਬਰ ਆ ਜਾਣੇ ਨੇ। ਫਾਸਟਡ ਵਿੱਚ ਮਸਲ ਫਾਈਬਰ ਮਤਲਬ ਕਿ ਜਿਵੇਂ ਜਿਹੜੇ ਸਪ੍ਰਿੰਟਾਂ ਲਾਉਂਦੇ ਨੇ ਪੂਰੀ ਤੇਜ਼ ਭੱਜਦੇ ਨੇ ਉਹਨਾਂ 'ਚ ਵੱਧ ਹੁੰਦੇ ਨੇ, ਜਿਹੜੇ ਸਲੋਅ ਭੱਜਦੇ ਨੇ ਉਹਨਾਂ ਦੇ ਵਿੱਚ ਸਲੋਟ ਵਿੱਚ ਮਸਲ ਫਾਈਬਰ ਹੁੰਦੇ ਨੇ। ਸੋ ਜਦ ਤੁਹਾਡੀ ਬੋਡੀ ਨੂੰ ਪਤਾ ਲੱਗਣਾ ਕਿ ਇਹਨੇ ਮੇਰੇ ਤੋਂ ਹੈਵੀ ਵੇਟ ਪਹਿਲਾਂ ਚੁਕਾਉਣਾ, ਨੈਚੁਰਲੀ ਤੁਹਾਡੇ ਅੰਦਰ ਫਾਸਟਡ ਵਿੱਚ ਮਸਲ ਫਾਈਬਰ ਬਿਲਡਅਪ ਹੋ ਜਾਣੇ ਨੇ ਜੋ ਕਿ ਤੁਹਾਡਾ ਸਥਰੈਂਥ ਅਤੇ ਸਾਈਜ਼ ਵਧਾਉਂਦੇ ਨੇ। ਪਹਿਲਾਂ ਹੈਵੀ ਲਾਇਆ ਕਰੋ ਆਫਟਰ ਵਾਰਮ ਅਪ, ਇਹ ਤੁਸੀਂ ਯੂਜ਼ ਕਰਿਓ, ਬਹੁਤ ਤੁਹਾਨੂੰ ਬੈਨੀਫਿਟ ਹੋਣਗੇ ਇਹਨਾਂ ਦੇ। ਇਹੀ ਸੀਗੀ ਤੁਹਾਡੇ ਲਈ ਅੱਜ ਦੀ ਇਨਫੋਰਮੇਸ਼ਨ, ਮਿਲਦੇ ਹੁਣ ਆਪਾਂ ਨੈਕਸਟ ਮੰਥ, ਟੇਕ ਕੇਅਰ, ਵਾਹਿਗੁਰੂ ਮਿਹਰ ਕਰੇ।